न्यूज़ पंजाब दी चैनल देख रहे दर्शकों का हार्दिक स्वागत। जिते साडे देश अंदर कोरोना वायरस का प्रभाव बहुत ही बुरी तरह चल रहा है, उत्थे कुछ समाज सेवी संस्थावां लोड़वंद परिवारां नूं राशन मुहैया करवा रही हैं। अजिही एक संस्था का ग्रीन मिशन पंजाब वालों भी मिशन चलाया जा रहा है, जिस विच उन्हां वालों पैंपलेट बना के वंडे जा रहे हैं, जिन्हां विच कोरोना वायरस तो बचण लई कुछ उपाय भी दसे गए हैं। उन्हां वालों एक होर भी उपराला किया गया है, जिथे भी कोई चंगा काम करन वाला समाज सेवी व्यक्ति मिलता है ਤਾਂ ਉਸਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਮੋਗੇ ਸ਼ਹਿਰ 'ਚ ਪਹੁੰਚੇ ਹਾਂ। ਘੱਟ ਘੱਟ 250-300 ਪਿੰਡਾਂ ਦੇ ਵਿੱਚ ਲੁਧਿਆਣਾ ਸ਼ਹਿਰ, ਸਿੱਧਵਾਵੇਟ ਏਰੀਆ, ਸਾਰਾ ਬੜੂੰਦੀ ਅਤੇ ਭੂੰਦੜੀ, ਨਕੋਦਰ, ਇੱਧਰ ਰੈਕੋਟ, ਸੁਧਾਰ ਹੁੰਦੇ ਹੋਏ ਅਸੀਂ ਅੱਜ ਮੋਗੇ ਪਹੁੰਚੇ ਹਾਂ। ਸੋ ਸਾਡਾ ਮੇਨ ਮਕਸਦ ਇਹੀ ਆ ਵੀ ਜਿਸ ਦਿਨ ਦਾ ਲੋਕਡਾਊਨ ਹੋਇਆ, ਕਰਫਿਊ ਦਾ ਪੰਜਾਬ ਦੇ ਵਿੱਚ ਐਲਾਨ ਹੋਇਆ ਸੀ, ਵੀ ਅਸੀਂ ਸੋਚਿਆ ਸੀ ਵੀ ਅਸੀਂ ਕੀ ਕਰ ਸਕਦੇ ਹਾਂ, ਅਸੀਂ ਲੋਕਾਂ ਨੂੰ ਸਿਰਫ, ਕਿਉਂਕਿ ਇਸ ਵਾਇਰਸ ਦੀ ਕੋਈ ਮੈਡੀਸਨ ਹੈ ਨਹੀਂ, ਕੋਈ ਦਵਾਈ ਹੈ ਨਹੀਂ ਗੀ। ਸੋ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਸੀ। 15 ਟਿਪਸ ਅਸੀਂ ਬਣਾਏ ਸੀ ਅਤੇ 15 ਟਿਪਸ ਦਾ ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਨੇ ਇਹ ਟਿਪਸ ਸਪੀਕਰ ਲਾ ਕੇ, ਤੁਸੀਂ ਦੇਖ ਸਕਦੇ ਹੋ ਵੀ ਗੱਡੀ ਦੇ ਵਿੱਚ, ਅਸੀਂ ਇਹ ਸਪੀਕਰ ਰਾਹੀਂ 15 ਦੇ 15 ਟਿਪਸ ਲੋਕਾਂ ਨੂੰ ਸੁਣਾਉਣੇ ਔਰ ਪੈਂਪਲੇਟ ਬਣਾ ਕੇ ਲੋਕਾਂ ਨੂੰ ਘਰ ਘਰ ਤੱਕ ਪਹੁੰਚਾਏ ਆ, ਤਾਂ ਕਿ ਅਸੀਂ ਇੱਕ ਨਾਰਾ ਦਿੱਤਾ ਸੀ ਵੀ ਜੇ ਤੁਸੀਂ ਇਹ 15 ਦਿਨ 15 ਟਿਪਸ ਅਪਣਾ ਗਏ ਤਾਂ ਤੁਸੀਂ ਆਪਣੇ ਆਪ ਨੂੰ ਔਰ ਆਪਣੇ ਪਰਿਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਾ ਗਏ। ਉਸ ਤੋਂ ਬਾਅਦ ਜਿਵੇਂ ਜਿਵੇਂ ਸਾਨੂੰ ਅੱਗੇ ਅੱਗੇ ਜਾਂਦੇ ਗਏ ਅਤੇ ਸਾਨੂੰ ਪਤਾ ਲੱਗਿਆ ਵੀ ਮਾਸਕਾਂ ਦੀ ਲੋੜ ਪੈ ਰਹੀ ਆ, ਅਤੇ ਅਸੀਂ ਲੋਕਾਂ ਨੂੰ ਲਾਈਵ ਹੋ ਕੇ ਅਪੀਲ ਕੀਤੀ ਸੀ ਵੀ ਸਾਨੂੰ ਮਾਸਕ ਬਣਾ ਕੇ ਤਿਆਰ ਕਰਕੇ ਦਿੱਤੇ ਜਾਣ। ਸੋ ਸਾਨੂੰ ਕੁਛ ਵੀਰ ਸਾਡੇ ਮੈਡੀਕਲ ਸਟੋਰਾਂ ਵਾਲੇ ਮਾਸਕ ਜਿਹੜੇ ਉਹ ਵੀ ਦੇ ਦਿੰਦੇ ਨੇ, ਅਤੇ ਕੁਛ ਬੀਬੀਆਂ ਸਾਡੀਆਂ ਸਾਨੂੰ ਘਰਾਂ ਦੇ ਵਿੱਚੋਂ ਮਾਸਕ ਤਿਆਰ ਕਰਕੇ ਦੇ ਦਿੰਦੇ, ਉਹ ਵੀ ਅਸੀਂ ਲੋੜਵੰਦਾਂ ਤੱਕ ਪਹੁੰਚਾਉਂਦੇ। ਔਰ ਜਿਵੇਂ ਤੁਸੀਂ ਅਸੀਂ ਬੂਟੇ, ਸਾਡਾ ਗ੍ਰੀਨ ਹਾਂਜੀ ਹਾਂਜੀ ਇਹਨਾਂ ਬਾਰੇ ਪੁੱਛਣਾ, ਟੀਮ ਦਾ ਅਸੀਂ ਬੂਟੇ ਲਾਉਣ ਦਾ ਸਾਡਾ ਜਿਹੜਾ ਮੇਨ ਮਕਸਦ ਆ। ਸੋ ਅਸੀਂ ਨਾਲ ਦੀ ਨਾਲ ਅਸੀਂ ਜੋ ਕੋਈ ਵਧੀਆ ਕੰਮ ਕਰ ਰਿਹਾ ਉਸਨੂੰ ਬੂਟਾ ਦੇ ਕੇ ਸਨਮਾਨਿਤ ਵੀ ਕਰਦੇ ਹਾਂ। ਔਰ ਜਿਵੇਂ ਆ ਤੁਸੀਂ ਸਮੱਗਰੀ ਦੇਖ ਸਕਦੇ ਹੋ ਵੀ ਬਿਸਕੁਟ ਵਗੈਰਾ ਜਾਂ ਰਾਸ਼ਨ ਆ ਜਿਹੜਾ ਘਰਾਂ ਤੱਕ, ਇਹ ਵੀ ਅਸੀਂ ਕਿਵੇਂ ਨਾ ਕਿਵੇਂ ਲੋੜਵੰਦਾਂ ਤੱਕ ਪਹੁੰਚਦਾ ਕਰਦੇ ਹਾਂ ਜੀ। ਜਿਵੇਂ ਸਾਨੂੰ ਹੁਣ ਪਤਾ ਲੱਗਿਆ ਸੀ ਵੀ ਜਿਵੇਂ ਸਾਨੂੰ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਕੋਲ ਰਾਸ਼ਨ ਤਾਂ ਪਹੁੰਚਦਾ ਹੋ ਰਿਹਾ ਵਾ, ਜ਼ਿਆਦਾਤਰ ਸੰਸਥਾਵਾਂ ਰਾਸ਼ਨ ਦੇ ਰਹੀਆਂ ਨੇ, ਪਰ ਉਹਨਾਂ ਨੂੰ ਕੱਪੜੇ ਧੋਣ ਔਰ ਨਹਾਉਣ ਵਾਲਾ ਸਾਬਣ ਵੀ ਜਿਹੜਾ ਉਹਨਾਂ ਨੂੰ ਅੱਜ ਚਾਹੀਦਾ ਹੈ। ਸੋ ਅਸੀਂ ਨਹਾਉਣ ਵਾਲੇ ਸਾਬਣ ਦੀਆਂ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਟਿੱਕੀਆਂ ਨਾਲ ਰੱਖੀਆਂ ਹੋਈਆਂ ਵੀ, ਜਿੱਥੇ ਸਾਨੂੰ ਲੱਗਦਾ ਵੀ ਲੋੜ ਆ ਉੱਥੇ ਅਸੀਂ ਨਹਾਉਣ ਵਾਲਾ ਸਾਬਣ ਔਰ ਕੱਪੜੇ ਧੋਣ ਵਾਲਾ ਸਾਬਣ ਵੀ ਲੋਕਾਂ ਤੱਕ ਜਿਹੜਾ ਮੁਹੱਈਆ ਕਰਵਾਉਂਦੇ ਹਾਂ। ਬਹੁਤ ਵਧੀਆ।